ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਟਿਊਬ ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਉੱਤੇ ਬਹੁਤ ਬਹੁਤ ਸਵਾਗਤ ਹੈ। ਅਤੇ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਹਾਂ, ਇਹ ਹੈਗੀ ਆ ਵੱਟਾਂ ਵਾਲੀ ਪੱਗ ਦੀ ਵੀਡੀਓ। ਸੋ ਵੀਡੀਓ ਦੀ ਸਟਾਰਟਿੰਗ ਆ ਜਿਹੜੀ ਆਪਾਂ ਬੇਸ ਤੋਂ ਕੀਤੀ ਆ, ਅਤੇ ਇਹ ਜਿਹੜਾ ਸਟਾਈਲ ਆ, ਇਹ ਜਿਹੜਾ ਪਟਿਆਲਾ ਸ਼ਾਹੀ ਪੱਗ ਦਾ, ਬਲਾਂ ਵਾਲੀ ਪੱਗ ਦਾ, ਅਤੇ ਲਾੜੇ ਦੇ ਵਿੱਚ ਸਿੱਧਾ ਲਾਇਆ ਹੋਇਆ ਹੈ। ਅਤੇ ਇਹਦੀ ਸ਼ੇਪ ਦੇ ਲਈ ਇਹਦਾ ਜਿਹੜਾ ਬੇਸ ਆ ਉਹ ਅਲੱਗ ਤੋਂ, ਮਤਲਬ ਆਪਾਂ ਨੂੰ ਕੱਪੜਾ ਲੈ ਕੇ ਬਣਾਉਣਾ ਪੈਣਾ। ਇਹ ਪੱਗ ਦੀ ਜਿਹੜੀ ਸ਼ੇਪ ਆ ਬੇਸ ਦੇ ਉੱਤੇ ਟਿਕੀ ਹੋਈ ਆ, ਜਿੰਨਾ ਤੁਹਾਡਾ ਬੇਸ ਵਧੀਆ ਹੋਊ ਅਤੇ ਵਧੀਆ ਤਰੀਕੇ ਨਾਲ ਬੰਨਿਆ ਹੋਊ। ਅਤੇ ਇਹ ਵਾਲੀ ਸ਼ੇਪ ਹੈਗੀ ਆ ਫਲਾਵਟ ਦੇ ਵਿੱਚ, ਅਤੇ ਫਲਾਵਟ ਲਿਆਉਣ ਲਈ ਆਪਾਂ ਜਿਹੜਾ ਬੇਸ ਬੰਨਾਂਗੇ, ਨੀਚੇ ਕੱਪੜਾ ਰੱਖਾਂਗੇ। ਆਪਾਂ ਇੱਕ ਕੇਸਕੀ ਲਈ ਆ ਜਿਹਦੀ ਲੈਂਥ ਹੈਗੀ ਆ 1.5 ਮੀਟਰ, ਅਤੇ ਇਹ ਸੈਂਟਰ ਦੇ ਵਿੱਚੋਂ ਲੰਬਾਈ ਵੱਲ ਨੂੰ ਕੱਟੀ ਹੋਈ ਆ, ਅਤੇ ਇਹਦੀ ਚੌੜਾਈ ਹਾਫ ਕੀਤੀ ਹੋਈ ਆ। ਹਾਣੀ 1.5 ਮੀਟਰ ਨੂੰ ਜਦੋਂ ਕੱਟਦੇ ਹਾਂ, 1.5 ਮੀਟਰ ਤੋਂ ਇਹ ਦੋ ਪਾਰਟ ਬਣਦੇ ਆ। ਅਤੇ ਆਪਾਂ ਰੁਮਾਲ ਜਿੰਨੇ ਦੋ ਕੱਪੜੇ ਲੈਣੇ ਆ, ਅਤੇ ਜਿਨ੍ਹਾਂ ਦੀ ਆਪਾਂ ਹਲਕੀ ਜਿਹੀ ਰਫ ਜਿਹੀ ਤਹਿ ਲਗਾ ਲੈਣੀ ਆ। ਅਤੇ ਜਿੱਥੋਂ ਜਿੱਥੋਂ ਆਪਾਂ ਪੱਗ ਦੀ ਸ਼ੇਪ ਨੂੰ ਫਲਾਵਟ ਦੇਣੀ ਆ, ਆਪਾਂ ਉੱਥੇ ਕੱਪੜਾ ਰੱਖ ਲੈਣਾ। ਅਤੇ ਆਹ ਤੁਸੀਂ ਦੇਖ ਸਕਦੇ ਹੋ ਕਿ ਅੱਖ ਤੋਂ ਉੱਤੇ ਰੱਖਣਾ, ਅਤੇ ਜਿਹੜਾ ਆਪਣਾ ਸਿਰ ਆ ਉਹ ਤੋਂ ਨੀਚੇ ਰੱਖਣਾ, ਯਾਨੀ ਕੰਨ ਦੀ ਬਿਲਕੁਲ ਸਿਰ ਦੇ ਵਿੱਚ ਆਪਾਂ ਇਹ ਕੱਪੜਾ ਰੱਖ ਲੈਣਾ। ਅਤੇ ਉੱਪਰ ਦੀ ਜਿਹੜਾ ਆਪਣੇ ਕੇਸਕੀ ਉਹਦਾ ਆਪਾਂ ਲੜ ਘੁਮਾ ਦੇਣਾ, ਅਤੇ ਉੱਪਰਲੇ ਪਾਸਿਓਂ ਇਸ ਤਰੀਕੇ ਨਾਲ ਲੜ ਨੂੰ ਢੱਕ ਲੈਣਾ, ਤਾਂ ਜੋ ਉੱਪਰਲੇ ਪਾਸਿਓਂ ਬੇਸ ਵਾਲਾ ਕੱਪੜਾ ਨਾ ਦਿਖੇ। ਅਤੇ ਉਹ ਜਿਹੜਾ ਆਪਾਂ ਪਹਿਲਾਂ ਕੱਪੜਾ ਰੱਖ ਲੈਂਦੇ ਹਾਂ, ਉੱਤੇ ਦੀ ਕੇਸਕੀ ਦਾ ਲੜ ਆ ਜਾਂਦਾ, ਇਹਦੇ ਨਾਲ ਜਿਹੜਾ ਕੱਪੜਾ ਰੱਖਿਆ ਹੁੰਦਾ ਬੇਸ ਪਲੇਨ ਹੋ ਜਾਂਦਾ, ਅਤੇ ਪੱਗ ਦੇ ਵਿੱਚ ਜਦੋਂ ਆਪਾਂ ਲੜ ਲਾਉਂਦੇ ਹਾਂ, ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਆਉਂਦੀ ਕਿ ਕੋਈ ਕਿਸੇ ਨਾ ਕਿਸੇ ਲੜ ਦੇ ਵਿੱਚ ਜਿਹੜਾ ਬੇਸ ਦਾ ਕੱਪੜਾ ਜ਼ਿਆਦਾ ਦਿਖੇ। ਸੋ ਇੱਕ ਇਹਦੀ ਤਹਿ ਲੱਗ ਜਾਂਦੀ ਹੈ, ਬਿਲਕੁਲ ਪਲੇਨ ਹੋ ਜਾਂਦਾ, ਪੱਗ ਦੀ ਸ਼ੇਪ ਫਲਾਵਟ ਵਿੱਚ ਬਹੁਤ ਵਧੀਆ ਆਉਂਦੀ ਆ। ਤੁਸੀਂ ਦੇਖ ਸਕਦੇ ਹੋ ਕਿ ਪੱਗ ਦੇ ਪਹਿਲੇ ਦੋ ਲੜ ਸੱਜੇ ਪਾਸਿਓਂ ਉੱਪਰ ਜਾਣਗੇ, ਅਤੇ ਬਾਕੀ ਲੜ ਬੇਸ ਦੇ ਉੱਪਰ ਆਉਣਗੇ, ਅਤੇ ਖੱਬੇ ਪਾਸਿਓਂ ਪੰਜਵਾਂ ਛੇਵਾਂ ਲੜ ਉੱਪਰ ਤੱਕ ਘੁੰਮ ਜਾਣਗੇ, ਅਤੇ ਬਾਕੀ ਜਿਹੜਾ ਕੱਪੜਾ ਬੇਸ 'ਤੇ ਆ ਜਾਣਾ, ਅਤੇ ਉਹ ਜਿਹੜੀ ਪੱਗ ਦੀ ਸ਼ੇਪ ਆ ਉਹ ਪੂਰੀ ਫਲਾਵਟ ਦੇ ਵਿੱਚ ਆ ਜਾਣੀ ਹੈ। ਅਤੇ ਪੱਗ ਦੀ ਲੈਂਥ ਬਾਰੇ ਦੱਸਦਾ, ਪੱਗ ਦੀ ਲੈਂਥ ਹੈਗੀ ਆ 7.5 ਮੀਟਰ। ਕੱਪੜਾ ਜਿਹੜਾ ਫੁੱਲ ਵੈਲ ਦਾ ਵਰਤਿਆ ਗਿਆ ਹੈ, ਅਤੇ ਇਹਦੇ ਵਿੱਚ ਫੁੱਲ ਵੈਲ ਦਾ ਕੱਪੜਾ ਆਪਾਂ ਤਾਂ ਵਰਤਿਆ ਕਿਉਂਕਿ ਆਪਾਂ ਨੂੰ ਭਾਰੀ ਕੱਪੜਾ ਵੱਡੀ ਸ਼ੇਪ ਕਰਨ ਦੇ ਲਈ ਵਰਤਣ ਦੀ ਲੋੜ ਨਹੀਂ ਸੀਗੀ, ਕਿਉਂਕਿ ਆਪਾਂ ਜਿਹੜਾ ਬੇਸ ਆ ਉਹੀ ਆਪਾਂ ਫੁੱਲਮਾ ਬਣਾ ਲਿਆ। ਬੇਸ ਫੁੱਲਮਾ ਬਣਾਉਣ ਦਾ ਇਹੀ ਆਪਣਾ ਮਕਸਦ ਸੀ ਕਿ ਪੱਗ ਦੀ ਸ਼ੇਪ ਫੁੱਲਮੀ ਆਵੇ, ਅਤੇ ਇਹ ਜਿਹੜੀ ਪੱਗ ਆ ਆਪਾਂ ਤਾਂ ਹੀ ਫੁੱਲ ਵੈਲ ਦੀ ਵਰਤੀ ਆ। ਅਗਰ ਤੁਸੀਂ ਰੂਬੀਆ ਪੱਗ ਬੰਨਦੇ ਹੋ ਤਾਂ ਸੇਮ ਬੇਸ ਟਰਾਈ ਕਰ ਲੈਣਾ, ਅਤੇ ਪੱਗ ਬੰਨਣ ਦਾ ਜਿਹੜਾ ਤਰੀਕਾ ਉਹ ਬਿਲਕੁਲ ਸੇਮ ਰਹੂਗਾ। ਅਤੇ ਜਿਹੜਾ ਆਪਣਾ ਪਹਿਲਾਂ ਲੜ ਲਗਾਇਆ ਹੈ, ਆਪਾਂ ਸਿਰ ਦੇ ਬਿਲਕੁਲ ਸੈਂਟਰ ਤੋਂ ਲਿਆ ਕੇ ਆਪਾਂ ਪਹਿਲਾਂ ਲੜ ਆਪਾਂ ਲਗਾ ਲੈਣਾ ਹੈ। ਅਤੇ ਬਹੁਤ ਵੀਰਾਂ ਨੂੰ 50 'ਚ ਪ੍ਰੋਬਲਮ ਆਉਂਦੀ ਹੈ, 50 ਘੱਟੋ ਘੱਟ 3 ਉਂਗਲਾਂ ਆਪਾਂ ਉੱਪਰ ਰੱਖਣੀਆਂ ਆਪਣੇ ਮੱਥੇ ਤੋਂ। ਬਾਕੀ ਕੇਸਾਂ ਦੇ ਅਕੋਰਡਿੰਗ ਇਹ ਕੁਝ ਵੀਰਾਂ ਦੇ ਜਿਹੜੇ ਨੀਚੋਂ ਕੇਸ ਮੱਥੇ ਤੋਂ ਨਹੀਂ ਚੜੇ ਹੋਏ, ਮੱਥਾ ਛੋਟਾ ਕਹਿ ਸਕਦੇ ਹਾਂ, ਤਾਂ 2 ਤੋਂ 3 ਉਂਗਲਾਂ ਛੱਡ ਕੇ ਤੁਸੀਂ ਉਸ ਅਕੋਰਡਿੰਗ ਰੱਖਣਾ। ਪਹਿਲੇ ਲੜ ਦੇ ਵਿੱਚ ਵਾਲ ਜ਼ਿਆਦਾ ਪਾਉਣ ਦੀ ਲੋੜ ਨਹੀਂ ਹੁੰਦੀ। ਬਹੁਤ ਵੀਰ ਪਹਿਲੇ ਲੜ ਦੇ ਵਿੱਚ ਜ਼ਿਆਦਾ ਵਾਲ ਪਾਉਣ ਦੇ ਚੱਕਰ ਦੇ ਵਿੱਚ ਲੜ ਨੂੰ ਪਤਲਾ ਕਰ ਲੈਂਦੇ ਨੇ, ਅਤੇ ਉਹ ਬਾਅਦ ਦੇ ਪਿੱਛੋਂ ਜਦੋਂ ਸਾਰੀ ਪੱਗ ਬੰਨ ਲੈਂਦੇ ਹਾਂ, ਅਤੇ ਜਿਹੜਾ ਪਹਿਲਾ ਲੜ ਉਹ ਖਿਸਕ ਜਾਂਦਾ। ਸੋ ਉਸ ਤੋਂ ਬਾਅਦ ਜਿਹੜਾ ਪਹਿਲਾ ਲੜ ਆਪਾਂ ਬਿਲਕੁਲ ਸਿੰਪਲ ਲਗਾ ਲੈਣਾ ਹਲਕਾ ਜਿਹਾ ਵਲ ਪਾ ਕੇ, ਅਤੇ ਦੂਸਰਾ ਲੜ ਜਿਹੜਾ ਆਪਾਂ ਕੱਪੜਾ ਰੱਖਿਆ ਬਿਲਕੁਲ ਉਹਦੇ ਉੱਪਰ ਲੈ ਜਾਣਾ, ਜਿੱਥੇ ਆਪਣਾ ਪਹਿਲਾ ਲੜ ਲਾਇਆ ਸੀ ਆਪਾਂ, ਬਿਲਕੁਲ ਉੱਪਰ ਲਿਜਾ ਕੇ ਹਲਕੇ ਜੇ
ਜਿਹੜਾ ਪਹਿਲਾ ਲੜ ਉੱਪਰ ਚੱਕ ਲੈਣਾ ਆਪਾਂ ਪੂਣੀ ਦਾ, ਨੀਚੇ ਵਾਲੇ ਲੜਾਂ ਨੇ ਅੱਗੇ ਆ ਜਾਣਾ, ਉਹਦੇ ਆਪਾਂ ਵਾਲ ਬਣਾ ਲੈਣੇ ਨੇ। ਬਿਲਕੁਲ ਸਿੰਪਲ ਹੀ ਆਪਾਂ ਜਿਹੜਾ ਲੜ ਆਪਾਂ ਲਗਾ ਦੇਣਾ। ਦੇਖੋ ਦੂਸਰੇ ਲੜ ਦੇ ਉੱਤੋਂ ਜਿਹੜੀ ਪੱਗ ਦੀ ਸ਼ੇਪ ਆ ਖੱਬੇ ਪਾਸਿਓਂ ਬਾਹਰ ਨੂੰ ਆ ਗਈ ਆ, ਉੱਥੇ ਆਪਣਾ ਕੱਪੜਾ ਰੱਖਿਆ ਸੀਗਾ। ਅਗਰ ਆਪਾਂ ਬਾਅਦ ਦੇ ਵਿੱਚੋਂ ਕੱਪੜਾ ਰੱਖਦੇ ਤਾਂ ਹੋ ਸਕਦਾ ਕਿ ਕੁਝ ਵੀਰਾਂ ਦਾ ਹੱਥ ਨਹੀਂ ਟਿਕਿਆ ਹੋਣ ਕਰਕੇ ਉਹ ਜਿਹੜਾ ਕੱਪੜਾ ਜਦੋਂ ਰੱਖਦੇ ਉਹਦੇ ਉੱਤੇ ਜਦੋਂ ਲੜ ਲਾ ਦਿੰਦੇ ਆ ਉਹ 'ਚ ਪ੍ਰੋਪਰ ਸੈਟਿੰਗ ਨਹੀਂ ਆਉਂਦੀ ਅਤੇ ਪੱਗ ਬੰਨਣ ਲੱਗੇ ਮੁਸ਼ਕਿਲ ਆਉਂਦੀ ਹੈ। ਸੋ ਆਪਾਂ ਕੇਸਕੀ ਦੇ ਵਿੱਚ ਹੀ ਬੇਸ ਇੱਦਾਂ ਦਾ ਬਣਾ ਲਿਆ ਕਿ ਆਪਾਂ ਦਸਤਾਰ ਉੱਤੇ ਬੰਨਣੀ ਆ ਅਤੇ ਜਿਹੜੀ ਪੱਗ ਦੀ ਸ਼ੇਪ ਆ ਉਹ ਫਲਾਵਟ ਦੇ ਵਿੱਚ ਦੋਨਾਂ ਪਾਸਿਓਂ ਇੱਕੋ ਜਿਹੀ ਆ ਜਾਣੀ ਆ। ਤੀਸਰਾ ਲੜ ਦੇ ਬਿਲਕੁਲ ਸਿੰਪਲ ਆਪਾਂ ਰੱਖ ਲੈਣਾ ਹੈ, ਕੋਈ ਨੀਚੋਂ ਆਪਾਂ ਵਾਲ ਨਹੀਂ ਕੱਢਣਾ, ਜਿੰਨੇ ਕੁ ਰਫ ਵਾਲ ਪੈਂਦੇ ਉਹ ਲਾ ਦੇਣਾ। ਕਿਉਂਕਿ ਇਹ ਜਿਹੜੀ ਵੀਡੀਓ ਸੀਗੀ ਇਹ ਟਿਕਟੋਕ ਦੇ ਉੱਤੇ ਅਪਲੋਡ ਕੀਤੀ ਸੀਗੀ ਪੱਗ, ਅਤੇ ਬਹੁਤ ਵੀਰਾਂ ਦੇ ਕਮੈਂਟ ਆਏ ਸੀ ਕਿ ਇਹ ਵਾਲੀ ਪੱਗ ਦੀ ਜਿਹੜੀ ਵੀਡੀਓ ਆ ਉਹ ਯੂਟਿਊਬ 'ਤੇ ਲੈ ਕੇ ਆਓ, ਇੰਸਟਾਗ੍ਰਾਮ 'ਤੇ ਵੀ ਇਹ ਵੀਡੀਓ ਸੀਗੀ। ਅਤੇ ਸੋ ਇਸ ਕਰਕੇ ਅੱਜ ਉਹਨਾਂ ਵੀਰਾਂ ਦੀ ਡਿਮਾਂਡ 'ਤੇ ਇਹ ਜਿਹੜੀ ਵੀਡੀਓ ਅੱਜ ਆਪਾਂ ਲੈ ਕੇ ਆਏ ਹਾਂ। ਤੀਸਰਾ ਲੜ ਅਤੇ ਜਿਹੜੇ ਦੋ ਲੜ ਲਾਏ ਸੀ ਉਹਨਾਂ ਤੋਂ ਥੋੜ੍ਹਾ ਜਿਹਾ ਨੀਚੇ ਰੱਖ ਲੈਣਾ, ਹੱਥ ਨਾਲ ਉਹਨੂੰ ਮੋੜ ਕੇ ਚੰਗੀ ਤਰ੍ਹਾਂ ਸੈੱਟ ਕਰ ਲੈਣਾ, ਜਿਹਦੇ ਨਾਲ ਲੜ 'ਚ ਸਫਾਈ ਆ ਜਾਣੀ ਹੈ ਅਤੇ ਪੱਗ ਦੀ ਸ਼ੇਪ ਆਪਣੀ ਉੱਪਰਲੇ ਪਾਸਿਓਂ ਲੜਾਂ ਦੀ ਪੂਰੀ ਵਧੀਆ ਬਣ ਜਾਣੀ ਹੈ। ਨੀਚੇ ਅੰਗੂਠੇ ਨਾਲ ਲੜ ਨੂੰ ਲਗਾਉਣਾ, ਉੱਪਰਲੇ ਪਾਸੇ ਉਂਗਲੀਆਂ ਨਾਲ ਘੁੱਟ ਕੇ ਜਿਹੜਾ ਲੜ ਉਹ ਰੱਖ ਲੈਣਾ। ਜਿੰਨੇ ਲੜੇ ਉਹਦੇ ਵਿੱਚ ਵਲ ਪੈਂਦੇ ਆ ਬਸ ਉਹਨਾਂ ਨੂੰ ਨੇੜੇ ਕਰਕੇ ਲਗਾ ਦੇਣਾ, ਜ਼ਿਆਦਾ ਵਲ ਪਾਉਣ ਦੀ ਇਹਦੇ ਵਿੱਚ ਆਪਾਂ ਨੂੰ ਕੋਈ ਲੋੜ ਨਹੀਂ। ਉੱਪਰਲੇ ਲੜ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਹੱਥ ਨਾਲ ਮੋੜ ਕੇ ਉਹਨਾਂ ਨੂੰ ਸਹੀ ਕਰ ਲੈਣਾ, ਅਤੇ ਜਿੱਥੇ ਜਿੱਥੇ ਆਪਣੇ ਵਲ ਘੱਟ ਪਏ ਨੇ ਆਪਾਂ ਲੜਾਂ ਨੂੰ ਬਿਲਕੁਲ ਨੇੜੇ ਨੇੜੇ ਕਰ ਦੇਣਾ, ਜਿੱਦਾਂ ਆਪਾਂ ਪਿੰਚ ਕਰਦੇ ਹੁੰਦੇ ਹਾਂ। ਇਹਦੇ ਨਾਲ ਜਦੋਂ ਨੇੜੇ ਹੋਣਗੇ ਵਲ ਸੰਘਣੇ ਹੋ ਜਾਣਗੇ। ਅਤੇ ਅਗਲਾ ਲੜ ਪੱਗ ਜਿਹੜੀ ਪੂਣੀ ਉਹਦਾ ਮੋਟਾ ਪਾਸਾ ਬਿਲਕੁਲ ਉੱਪਰ ਚੱਕ ਕੇ ਲੈ ਜਾਣਾ, ਨੀਚੇ ਇੱਕ ਸਿੰਗਲ ਲੜ ਰੱਖਣਾ, ਉੱਪਰਲੇ ਪਾਸੇ ਮੋੜ ਕੇ ਚੰਗੀ ਤਰ੍ਹਾਂ ਫਰੰਟ 'ਤੇ ਲਿਆ ਕੇ ਉਹੀ ਸਿੰਗਲ ਜਿਹੜਾ ਲੜ ਆ ਬਿਲਕੁਲ ਸਿੰਗਲ ਆਪਾਂ ਉਹਨੂੰ ਇਕੱਠਾ ਕਰ ਲੈਣਾ ਹੈ। ਇਕੱਠਾ ਕਰਕੇ ਹਲਕਾ ਜਿਹਾ ਪਿੰਚ ਦੇ ਕੇ ਬਿਲਕੁਲ ਸਿੰਪਲ ਤਰੀਕੇ ਨਾਲ ਜਿਹੜਾ ਆਪਣਾ ਲੜ ਆਪਾਂ ਮੋੜ ਕੇ ਲਗਾ ਲੈਣਾ ਹੈ। ਤੇ ਪੱਗ ਦੀ ਜਿਹੜੀ ਪੂਣੀ ਸੀਗੀ ਉਹ ਬਿਲਕੁਲ ਸਿੰਪਲ ਤਰੀਕੇ ਨਾਲ, ਅੱਗੇ ਵੀ ਵੀਡੀਓ ਦੇ ਵਿੱਚ ਦੱਸਦਾ ਹੁੰਦਾ ਕਿ ਪੂਣੀ ਹਮੇਸ਼ਾ ਜਿਹੜੀ ਆ ਸਿੰਪਲ ਤਰੀਕਾ ਹੀ ਯੂਜ਼ ਕਰਿਆ ਕਰੋ। ਅਤੇ ਜਿਹੜਾ ਆਪਾਂ ਪੰਜਵਾਂ ਲੜ ਆਪਾਂ ਲਗਾ ਰਹੇ ਹਾਂ ਬਿਲਕੁਲ ਇੱਥੇ ਆਪਣਾ ਬੇਸ ਦਾ ਕੱਪੜਾ ਸੀਗਾ ਉਹ ਤੋਂ ਬਿਲਕੁਲ ਉੱਪਰ ਚਲਿਆ ਗਿਆ ਹੈ। ਇਸ ਤੋਂ ਬਾਅਦ ਜਿਹੜੀ ਪੱਗ ਦੀ ਸ਼ੇਪ ਆਪਾਂ ਬਿਲਕੁਲ ਨਾਲ ਲਾ ਦੇਣੀ ਹੈ ਉੱਪਰਲੇ ਪਾਸਿਓਂ, ਜਿਹੜੀ ਪੱਗ ਦੀ ਸ਼ੇਪ ਆ ਪਟਿਆਲਾ ਸ਼ਾਹੀ ਬਣ ਜਾਣੀ ਆ। ਜੇ ਅਗਲਾ ਜਿਹੜਾ ਛੇਵਾਂ ਲੜਾ ਫਿਰ ਉਸੇ ਤਰੀਕੇ ਦੇ ਨਾਲ ਜਿਹੜਾ ਪਤਲਾ ਪਾਸਾ ਉਹ ਵਿੱਚ ਬਿਲਕੁਲ ਨੀਚੇ ਅਤੇ ਮੋਟਾ ਪਾਸਾ ਸਾਰਾ ਉੱਪਰ ਚੱਕ ਕੇ ਲੈ ਜਾਣਾ ਹੈ। ਅਤੇ
ਤੇ ਨੀਚੇ ਬਿਲਕੁਲ ਸਿੰਗਲ ਲੜ, ਆਪਾਂ ਅੱਖ ਦੇ ਨੀਚੇ ਤੱਕ ਉਹਨੂੰ ਖੋਲ ਲੈਣਾ ਹੈ, ਤੇ ਉਸ ਤੋਂ ਬਾਅਦ ਇਹਨੂੰ ਤੁਸੀਂ ਬਿਲਕੁਲ ਸਾਫ ਵੀ ਲਗਾ ਸਕਦੇ ਹੋ ਤੇ ਬਿਲਕੁਲ ਇਹਦੇ ਵਿੱਚ ਬਲ ਪਾ ਕੇ, ਦੋਨੇ ਤਰੀਕੇ ਸਹੀ ਆ। ਆਪਾਂ ਲਾਸਟ ਲੜ ਲਗਾਉਣਾ, ਉਹ ਆਪਾਂ ਜਿਹੜੇ ਆਪਣੇ ਬਲ ਨੇ ਇਹਨਾਂ ਦੀ ਸੈਟਿੰਗ ਕਰਕੇ ਉਸ ਤੋਂ ਬਾਅਦ ਲਾਵਾਂਗੇ, ਤੇ ਉੱਪਰਲੇ ਲੜਾਂ ਦੇ ਵਿੱਚ ਆਪਾਂ ਵਾਈਫੇਅਰ ਲੈਣਾ ਹੈ। ਵੈਸੇ ਤਾਂ ਜਦੋਂ ਆਪਾਂ ਹੱਥ ਦੇ ਨਾਲ ਮੋੜਦੇ ਹਾਂ ਲੜ, ਉਹਨਾਂ ਦਾ ਗੈਪ ਤੇ ਸਫਾਈ ਇੱਕੋ ਜਿਹੀ ਹੋ ਜਾਂਦੀ ਹੈ, ਬਟ ਫਿਰ ਵੀ ਤੁਸੀਂ ਜਿਹੜੀ ਬਾਜ ਦੇ ਨਾਲ ਉਹਨਾਂ ਦੀ ਜਿਹੜੀ ਸਫਾਈ ਆ ਉਹ ਕਰ ਸਕਦੇ ਹੋ। ਦੇਖੋ ਬਿਲਕੁਲ ਰਫ ਜੇ ਜਿਹੜੇ ਬਲ ਪਾਏ ਸੀਗੇ, ਜ਼ਿਆਦਾ ਇਹਦੇ ਤੇ ਆਪਾਂ ਨੂੰ ਬਲਾਂ ਤੇ ਜ਼ਿਆਦਾ ਆਪਾਂ ਫੋਕਸ ਕਰਨ ਦੀ ਲੋੜ ਨਹੀਂ, ਮੇਨ ਚੀਜ਼ ਪੱਗ ਦੀ ਸ਼ੇਪ। ਅਗਰ ਪੱਗ ਦੀ ਸ਼ੇਪ ਤੁਹਾਡੀ ਵਧੀਆ ਤਾਂ ਤੁਸੀਂ ਬਲ ਬਲ ਬਿਲਕੁਲ ਘੱਟ ਵੀ ਪਾਏ ਹੋਣਗੇ ਉਹ ਵੀ ਚੱਲ ਜਾਣਗੇ, ਬਟ ਅਗਰ ਪੱਗ ਦੀ ਸ਼ੇਪ ਹੀ ਨਹੀਂ ਸੋਹਣੀ ਹੈਗੀ ਤਾਂ ਜਿਹੜੇ ਬਲ ਪਾਇਆ ਦਾ ਵੀ ਉੱਤੇ ਉਹਦੀ ਇੰਨੀ ਗ੍ਰੇਸ ਨਹੀਂ ਬਣੀ। ਪੱਗ ਪਹਿਲਾਂ ਹਲਕੇ ਹਲਕੇ ਜਿਹੜੇ ਬਲ ਨੇ ਉਹ ਨੇੜੇ ਕਰਕੇ ਲਾ ਦੇਣੇ ਆ, ਤਾਂ ਜੋ ਜਿੱਥੇ ਇੱਥੇ ਲੜਾਂ ਦੇ ਵਿੱਚ ਗੈਪ ਲੱਗਦਾ ਬਲਾਂ ਦੇ ਵਿੱਚ ਉਹ ਇੱਕੋ ਜਿਹੇ ਹੋ ਜਾਣ। ਤੇ ਜਦੋਂ ਆਪਾਂ ਲੈਫਟ ਹੈਂਡ ਲਗਾਉਣਾ ਉਹਨੂੰ ਤੁਸੀਂ ਦੋਨੇ ਤਰੀਕੇ ਨਾਲ, ਜੇ ਤੁਸੀਂ ਬਲਾਂ ਵਾਲਾ ਲਾਓ ਉਹ ਵੀ ਲਗਾ ਸਕਦੇ ਹੋ, ਸਾਫ ਉਹ ਵੀ ਲਗਾ ਸਕਦੇ ਹੋ। ਅਗਰ ਸਾਫ ਲਾਓਗੇ ਜਦੋਂ ਫਰੰਟ ਤੇ ਆ ਕੇ ਨੋਕ ਦੇ ਕੋਲ ਬਿਲਕੁਲ ਉਹਨੂੰ ਉਹਦੀ ਚੜਾਈ ਘਟਾਓਗੇ ਉਦੋਂ ਉਹਦੇ ਵਿੱਚ ਬਲ ਪੈ ਹੀ ਜਾਂਦੇ ਆ, ਤੇ ਬਲਾਂ ਵਾਲਾ ਲਾਓਗੇ ਤਾਂ ਦੋਨੇ ਤਰੀਕੇ ਲਗਭਗ ਸੇਮ ਹੀ ਹੋ ਜਾਂਦੇ ਆ। ਤੇ ਬਲਾਂ ਦੀ ਉਹ ਸੈਟਿੰਗ ਆ ਬਿਲਕੁਲ ਐਂਡ ਤੱਕ ਕਰਨੀ ਆ। ਸੋ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਜੀ, ਅਗਰ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਬੈਲ ਆਈਕਨ ਜ਼ਰੂਰ ਦਬਾ ਦਿਓ, ਤੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਜੀ, ਤੇ ਸ਼ੇਅਰ ਨਾ ਕਰਨਾ ਨਾ ਭੁੱਲਿਓ। ਲਗਾਉਣਾ ਇੱਕ ਗੱਲ ਦਾ ਖਿਆਲ ਰਹੇ, ਜਿਹੜੇ ਲਾਸਟ ਲੜ ਤੋਂ ਨੀਚੇ ਵਾਲੇ ਲੜ ਨੇ ਉਹ ਤੁਹਾਡੇ ਅੱਖ ਤੱਕ ਖੁੱਲੇ ਹੋਣੇ ਚਾਹੀਦੇ ਆ, ਤਾਂ ਕਿ ਤੁਹਾਡਾ ਲਾਸਟ ਲੜ ਆ ਉਹ ਢਿੱਲਾ ਨਾ ਹੋਵੇ। ਲਾਸਟ ਲੜ ਦੇ ਵਿੱਚ ਹਲਕੇ ਜਿਹੇ ਵਲ ਪਾ ਲੈਣੇ ਆ, ਸਾਫ ਵੀ ਲਗਾ ਲਓਗੇ ਤਾਂ ਕੋਈ ਚੱਕਰ ਨਹੀਂ, ਦੋਨੇ ਤਰੀਕੇ ਸੇਮ ਹੀ ਆ। ਕਿਉਂਕਿ ਜਦੋਂ ਤੁਸੀਂ ਫਰੰਟ ਤੇ ਆ ਕੇ ਇਹਦੀ ਚੜਾਈ ਘਟਾ ਕੇ ਇਹਨੂੰ ਲਗਾਉਣਾ, ਲੜਨੇ ਜਾਂ ਇਕੱਠਾ ਹੋਣਾ ਦੇ ਵਿੱਚ ਵਲ ਨੇ ਫਰੰਟ ਤੇ ਆਟੋਮੈਟਿਕਲੀ ਆ ਜਾਣਾ, ਤੇ ਖਾਸ ਜੱਜਮੈਂਟ ਨਹੀਂ ਹੋਣੀ ਕਿ ਇਹਦੇ ਵਿੱਚ ਬਲ ਪਾਏ ਨੇ ਜਾਂ ਸਾਫ ਲਾਏ ਆ। ਬਲਾਂ ਦੇ ਵਿੱਚ ਮੇਨ ਫੋਕਸ ਬਲਾਂ ਦਾ ਲੈਫਟ ਸਾਈਡ
ਲੜਾਂ ਦੀ ਜਗ੍ਹਾ 'ਤੇ ਹੁੰਦਾ, ਲਾਸਟ ਲੜ ਦੋਨੇ ਤਰੀਕੇ ਨਾਲ ਸਹੀ ਲੱਗ ਜਾਂਦੀ ਹੈ। ਦੇਖੋ ਆਪਾਂ ਜਦੋਂ ਉਹਦੀ ਚੜਾਈ ਘਟਾਈ ਹੈ, ਜਿੱਦਾਂ ਹੀ ਲੜਦੀ, ਜਦੋਂ ਇਕੱਠਾ ਹੋਇਆ ਤਾਂ ਉਹਦੇ ਵਿੱਚ ਫਰੰਟ 'ਤੇ ਆ ਵਲ ਆ ਗਏ ਨੇ। ਇਸ ਤਰੀਕੇ ਦੇ ਨਾਲ ਜਿਹੜਾ ਲਾਸਟ ਲੜ ਆਪਾਂ ਸਿੱਧਾ ਲਗਾ ਦੇਣਾ ਹੈ। ਇਹ ਲੜ ਟਾਈਟ ਰਹਿੰਦਾ ਹੈ, ਢਿੱਲਾ ਨਹੀਂ ਹੁੰਦਾ, ਕਿਉਂਕਿ ਇਹਨੂੰ ਆਪਾਂ ਘੁਮਾਉਂਦੇ ਨਹੀਂ ਹੈਗੇ, ਅਤੇ ਇਹਦੇ ਵਿੱਚ ਪੱਗ ਪੈਨ ਲਾਉਣ ਦੀ ਵੀ ਲੋੜ ਨਹੀਂ ਗੀ। ਵੈਸੇ ਇੱਕ ਸੇਫਟੀ ਲਈ ਆਪਾਂ ਲਗਾ ਸਕਦੇ ਹਾਂ। ਉੱਪਰਲੇ ਪਾਸੇ ਆਪਾਂ ਪੱਗ ਪੈਨ ਲਾ ਲੈਣੀ ਆ, ਤਾਂ ਜੋ ਜਿਹੜਾ ਲੜ ਆ ਆਪਣਾ ਢਿੱਲਾ ਨਾ ਹੋਵੇ। ਇੱਕ ਤਾਂ ਆਪਾਂ ਸੇਫਟੀ ਲਈ ਲਾਏ ਆ, ਵੈਸੇ ਸਿੱਧੇ ਲੜ ਦੇ ਵਿੱਚ ਕੁਛ ਖਾਸ ਆਪਾਂ ਨੂੰ ਜ਼ਰੂਰਤ ਨਹੀਂ ਹੁੰਦੀ, ਅਤੇ ਬਾਅਦ ਦੇ ਨਾਲ ਮਾੜੀ ਮੋਟੀ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਜਿੱਥੇ ਇੱਥੇ ਆਪਾਂ ਨੂੰ ਲੱਗਦਾ। ਅਤੇ ਲਾਸਟ ਦੇ ਵਿੱਚ ਜਦੋਂ ਆਪਾਂ ਸੈਟ ਰੱਖਣਾ, ਸਭ ਤੋਂ ਪਹਿਲਾਂ ਵਾਲਾ ਲੜ ਆਪਾਂ ਉੱਪਰ ਖਿੱਚ ਲੈਣਾ। ਖਿੱਚਦੇ ਸਮੇਂ ਧਿਆਨ ਰਹੇ ਕਿ ਫਰੰਟ ਤੋਂ ਜ਼ਿਆਦਾ ਲੜ ਨੂੰ ਨਹੀਂ ਖਿੱਚਣਾ, ਤਾਂ ਕਿ 50 ਦੇ ਕੋਲੋਂ ਆਪਣਾ ਲੜ ਆ ਜਿਹੜਾ ਖਰਾਬ ਨਾ ਹੋਵੇ, ਫਰੰਟ ਦੀ ਵੀ ਸ਼ੇਪ ਨਾ ਖਰਾਬ ਹੋਵੇ, ਅਤੇ ਪਹਿਲਾਂ ਲੜ ਨਾ ਖਿਸਕੇ। ਅਤੇ ਪਿੱਛੋਂ ਖਿੱਚਣ ਲੱਗਿਆਂ ਨੂੰ ਵੀ ਧਿਆਨ ਰੱਖਣਾ ਹੈ ਕਿ ਲੜ ਜਿਹੜਾ ਮੂੰਹ ਵਾਲਾ ਲੜ ਸੀਗਾ ਉਹ ਉੱਪਰ ਨਾ ਨਿਕਲ ਜਾਵੇ। ਲੜ ਨੂੰ ਚੰਗੀ ਤਰ੍ਹਾਂ ਖਿਲਾਰ ਕੇ ਦੋਨਾਂ ਸਾਈਡਾਂ 'ਤੇ ਆਪਾਂ ਕਵਰ ਕਰ ਦੇਣਾ ਹੈ। ਬਾਜ ਦੀ ਮਦਦ ਵੀ ਲੈ ਸਕਦੇ ਹੋ, ਬਾਜ ਤੋਂ ਬਿਨਾਂ ਹੱਥਾਂ ਨਾਲ ਵੀ ਕਵਰ ਕਰ ਸਕਦੇ ਹੋ। ਸੋ ਇਹ ਸੀਗੀ ਜਿਹੜੀ ਅੱਜ ਦੀ ਵੀਡੀਓ।